अच्छा वीरो, पुर्तगाल दे विच लागोस में आया सीगा घूमन दे लई, ते आ मनिंदर मेरा सत छोटा श्री भी। अकाल जी। ते वीरो तुहानू दसन जा रहा हां, दुनिया भर च तुसी वीडियो देखदे आ, ते लागोस जिहड़ा शहर आ ना, जे तुसी इत्थे टूर करना आया ते तुसी इहनू जिहड़ा ना ओह कॉन्टैक्ट कर सकदे। मैं फेसबुक पेज दे उपर भी नंबर पाऊंगा ते इत्थे भी नंबर दऊंगा। ते मनी, लागोस च की आ देखण नू? ਇੱਥੇ ਦੇ ਭਾਜੀ ਇੱਕ ਇਹ ਹੈਗਾ ਸਾਗਰਸ ਐਂਡ ਆਫ ਦਾ ਅਰਥ, ਜਿਹੜਾ ਇੱਥੋਂ ਲਾਗੋਸ ਤੁਹਾਨੂੰ ਦੇਖ ਪੈਂਦਾ ਆ। ਇੱਕ ਹੈਗਾ ਵੀ ਬਹੁਤ ਖੂਬਸੂਰਤ ਬੀਚ ਆ, ਬਹੁਤ ਲੰਬਾ ਆ, ਦੇਖੋ ਬੀਚ ਕਿੱਡਾ ਤੁਹਾਡੇ ਸਾਹਮਣੇ ਹੀ ਆ। ਤੇ ਇੱਥੇ ਦੁਨੀਆ ਭਰ ਦਾ ਟੂਰਿਸਟ ਆਉਂਦਾ, ਕੈਨੇਡੀਅਨ, ਅਮਰੀਕਨ ਤੇ ਇੰਗਲੈਂਡ ਤੋਂ ਬਹੁਤ ਟੂਰਿਸਟ ਆਉਂਦਾ ਇੱਥੇ। ਤੇ ਹੁਣ ਜਿਹੜੇ ਅਸੀਂ ਪੁਆਇੰਟ ਤੇ ਖੜੇ ਆ, ਇੱਥੇ ਹੈਗਾ ਜੀ ਇਹਨਾਂ ਦਾ ਜਿੱਥੇ ਲਾਈਟ ਹਾਊਸ ਲੱਗੀ ਹੋਈ ਆ, ਜੋ ਕਿ ਸਾਰੇ ਅਰਾਊਂਡ ਕਰਦੀ ਆ, ਉਸ ਉੱਥੇ ਪੁਆਇੰਟ ਤੇ ਖੜੇ ਹੋਏ ਆ ਆਪਾਂ। ਮਤਲਬ ਕਿ 2 ਦਿਨ ਦਾ ਟੂਰ ਜੇ ਕਰੇ ਬੰਦਾ ਫੇਰ ਕਰ ਹਾਂਜੀ, ਸਕਦਾ। ਇੱਕ ਜੂ ਇੱਥੇ ਬਹੁਤ ਫੇਮਸ ਲਾਗੋਸ ਦਾ ਜੂ, ਜਿਹਦਾ ਨਾਮ ਉਹਦਾ ਰੱਖਿਆ ਗਿਆ, ਤੇ ਉਹ ਬਹੁਤ ਫੇਮਸ ਇੱਥੇ। ਤੇ ਵੀਰੋ, ਜੇਕਰ ਤੁਸੀਂ ਆਉਣਾ ਚਾਹੁੰਦੇ ਆ, ਤੁਸੀਂ ਭਾਜੀ ਨੂੰ ਕੰਟੈਕਟ ਕਰੋ, ਭਾਜੀ ਦਾ ਟੈਕਸੀ ਦਾ ਜਿੱਦਾਂ ਕੰਮ ਹੈਗਾ, ਤੁਹਾਨੂੰ ਹੋਟਲ ਵੀ ਵਧੀਆ ਤੇ ਸਸਤਾ ਬੁੱਕ ਕਰਵਾ ਕੇ ਦਉਂਗੇ, ਤੇ ਤੁਸੀਂ ਇੱਥੇ ਆਪਣਾ ਟੂਰ ਕਰੋ। ਖਾਸ ਕਰ ਮੇਰੇ ਜਿਹੜੇ ਭੈਣ ਭਾਈ ਫੈਮਲੀਆਂ ਜਿਹੜੀਆਂ ਨਾ ਯੂਰਪ ਦੇ ਵਿੱਚ ਰਹਿੰਦੀਆਂ, ਉਹ ਜ਼ਰੂਰ ਮਤਲਬ ਕਿ ਆਓ, ਕਿਉਂਕਿ ਮੇਰੀ ਕੋਸ਼ਿਸ਼ ਇਹੀ ਹੁੰਦੀ ਵਧੀਆ ਜੈਨੂਅਨ ਬੰਦਾ ਦਿਖਾਵਾਂ। ਅੱਗੇ ਵੀ ਜਿੰਨੇ ਵੀ ਬੰਦੇ ਦਿਖਾਏ ਮੈਂ ਜੈਨੂਅਨ ਹੀ ਦਿਖਾਏ ਆ। ਤੇ ਮੈਂ ਵੀ ਇਹਨਾਂ ਕੋਈ ਆਇਆ ਹੋਇਆ ਸੀ, ਮੈਂ ਪਹਿਲਾਂ ਵੀ ਇੱਕ ਵਾਰੀ ਆ ਚੁੱਕਾ ਆ, ਤੇ ਹੁਣ ਮੈਂ ਸਾਰਾ ਇਹਨਾਂ ਨਾਲ ਲਾਗੋਸ ਘੁੰਮਣਾ ਆ, ਤੇ ਤੁਸੀਂ ਜ਼ਰੂਰ ਆਓ। ਤੇ ਮਨੀ, ਜੇ ਕੋਈ ਕੰਟੈਕਟ ਕਰੇ ਤੇ ਕੋਈ ਚੱਕਰ ਹਾਂਜੀ ਨਹੀਂ, ਜੀ, ਤੁਹਾਡਾ ਨਾਮ ਲੈ ਕੇ, ਭਾਈ ਦਾ ਨਾਮ ਲੈ ਕੇ ਮੇਰੇ ਨਾਲ ਕੰਟੈਕਟ ਕਰ ਲੈਣ, ਤੇ ਤੇ ਮੈਂ ਉਹਨਾਂ ਨੂੰ ਜ਼ਰੂਰ ਇੱਥੇ ਜੋ ਵੀ ਫੈਸਿਲਿਟੀ ਉਹ ਪ੍ਰੋਵਾਈਡ ਕਰਾਂਗੇ। 2 ਦਿਨ ਦਾ ਟੂਰ ਰੱਖੇ ਨਾ ਹਾਂਜੀ ਹੁਣ। ਹਾਂਜੀ, ਬਿਲਕੁਲ 2 ਦਿਨ ਦੇ ਵਾਸਤੇ ਆਏ। ਸੋ ਵੀਰੋ, ਜ਼ਰੂਰ ਆਓ ਤੇ ਕੰਟੈਕਟ ਕਰੋ ਤੇ ਘੁੰਮੋ, ਪੁਰਤਗਾਲ ਬਹੁਤ ਸੋਹਣਾ ਆ। ਬਾਕੀ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ।